ਸ਼ਰੀਆ ਗੱਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਧ ਦੇ ਨੂੰ ਹੁਣੇ-ਹੁਣੇ ਵੱਡੀ ਤਾਜ਼ਾ ਖਬਰ ਸਾਹਮਣੇ ਹੈ ਕਿ ਭਗਵੰਤ ਮਾਤਾ ਐਵਿਲ ਕੀ ਜੀਵਾਲ 17 ਦਸੰਬਰ ਨੂੰ ਆਉਣਗੇ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੱਡੀ ਖਬਰ ਆ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ 7 ਦਸੰਬਰ ਨੂੰ ਫਰੂਜ਼ਪੁਰ ਵਿਖੇ ਹੋ ਰਏ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਉਹਨਾਂ ਦੀ ਆਮਦ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸੰਬੰਧੀ ਵਾਖ ਵਖੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਦਿੱਤੀ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਦਿੱਲੀ ਦੇ ਅਵਿੰਕੇਜੀਵਾਲ 17 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਕੇਸ ਮਾਗਮ ਨੂੰ ਸੰਬੋਧਨ ਕਰਨਗੇ ਇਸ ਦੇ ਦੌਰਾਨ ਉਹਨਾਂ ਵਖ ਵਖੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਹਨਾਂ ਨਾਲ ਸੰਬੰਧਤ ਕਮਾਂ ਨੂੰ ਕਰਨ ਦੇ ਬਾਰੇ ਆਦੇਸ਼ ਜਾਰੀ ਕੀਤੇ ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰ ਨੂੰ ਸੰਬੰਧਿਤ ਕਮਾਂ ਦੀ ਵਿੱਚ ਜਿਵੇਂ ਕਿ ਸਫਾਈ ਪਾਰਕਿੰਗ ਬੈਰੀਗੇਟਿੰਗ ਪੀਣ ਵਾਲਾ ਪਾਣੀ ਅਸਥਾਈ ਪਖਾਨੇ ਮੈਡੀਕਲ ਸਹੂਲਤਾਂ ਵਾ ਰੈਫਰੈਸ਼ਮੈਂਟ ਬਾਕੀ ਖਬਰ ਨੂੰ ਅੰਤ ਤੱਕ ਦਿੱਖਣੇ ਡੋਡਾ ਬੋ